ਥਾਣਾ ਸਦਰ ਮਾਨਸਾ ਦੀ ਚੱਕੀ ਬਹਿਣੀਵਾਲ ਪੁਲਿਸ ਨੇ ਰਾਤ ਦੇ ਸਮੇਂ ਹਥਿਆਰਾਂ ਦੀ ਨੋਕ ਉੱਤੇ ਸ਼ਰਾਬ ਦੇ 5 ਠੇਕਿਆਂ ਉੱਤੇ ਲੁੱਟਖੋ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਏਅਰ ਪਿਸਟਲ, ਤੇਜ਼ ਧਾਰ ਹਥਿਆਰ, ਲੁੱਟੀ ਗਈ ਸ਼ਰਾਬ, ਨਕਦੀ ਅਤੇ ਇੱਕ ਗੱਡੀ ਬਰਾਮਦ ਕੀਤੀ ਹੈ। ਮਾਨਸਾ ਤੋਂ ਪੰਜਾਬ ਨਿਊਜ਼ ਚੈਨਲ ਲਈ ਪਰਮਦੀਪ ਸਿੰਘ ਦੀ ਰਿਪੋਰਟ। ਤਕਰੀਬਨ 5 ਬੰਦਿਆਂ ਦਾ ਗੈਂਗ ਸੀਗਾ। ਇਹ ਰਾਤ ਨੂੰ ਠੇਕਾ ਦੇਖਦੇ, ਜਿਹੜਾ ਸੁੰਨਸਾਨੀ ਥਾਂ 'ਤੇ ਹੈਗਾ, ਉੱਥੇ ਜਾ ਕੇ ਏਅਰ ਗਨ ਇਹਨਾਂ ਕੋਲ ਪਿਸਟਲ ਹੁੰਦਾ ਸੀਗਾ, ਉਹਦੀ ਨੋਕ 'ਤੇ ਡਰਾ ਕੇ ਕਰਿੰਦੇ ਤੋਂ ਪੈਸੇ ਲੈ ਲੈਂਦੇ ਸੀ ਅਤੇ ਸ਼ਰਾਬ ਚੱਕ ਕੇ ਲੈ ਜਾਂਦੇ ਸੀ। ਜਿਹੜਾ ਕੋਈ ਬੰਦ ਹੁੰਦਾ ਸੀ ਠੇਕਾ, ਉਹਨਾਂ ਨੂੰ ਸੱਬਲ ਦੇ ਨਾਲ ਤੋੜ ਦਿੰਦੇ ਸੀ ਜਾਂ ਪਾੜ ਲਾ ਕੇ ਉਹ 'ਚੋਂ ਸ਼ਰਾਬ ਕੱਢ ਕੇ ਲੈ ਜਾਂਦੇ ਸੀਗੇ। ਇਹ ਤਕਰੀਬਨ 5 ਬੰਦਿਆਂ ਦਾ ਗਰੋਹ ਸੀਗਾ ਅਤੇ 5 ਇਹਨਾਂ ਨੇ ਠੇਕੇ ਜਿਹੜੇ ਲੁੱਟੇ ਨੇ, ਉਹਨਾਂ 'ਚ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ। ਅੱਗੇ ਤਫਤੀਸ਼ ਜਾਰੀ ਆ।